الحمدللہ رب العالمین الرحمن الرحیم مالک یوم الدین ایاک نعبد و ایاک نستعین اہدنا الصراط المستقیم صراط الذین انعمت علیہم غیر المغضوب علیہم ولا الضالین بسم اللہ الرحمن الرحیم اللہم صلی علی محمد و آل محمد واجل فرج آل محمد سارے صاحبان اپنے اپنے ٹرے دی قبولیت واسطے بلندر صلوات تلاوت مجمع ڈیر سارے صلوات تھوڑے بندہ پڑھیے صلوات ایسی پڑھو جو کچھ پڑھن تے دل لاکھے اے اجازت میں ذکر پاک شروع کر رہا ہوں کوشش کرو صلوات ہکا پڑھو تے ایسی پڑھو جو حرم امام رضا بادشاہ یاد آؤ اعوذ باللہ من الشیطان اللعین الرجیم بسم اللہ الرحمن الرحیم یا علی تو ہی میرا امام مومن منافق دی پہچان الحمدللہ رب العالمین والعاقبۃ للمتقین وجنۃ للمومنین والنار للکافرین والمنافقین الصلوۃ والسلام علی من کان نبیا و دم بین الماء و تین صلوات خیام دیولے پیو اصغر دا جڑے مکان دنیت نال ٹورائے ہو بھلا ہوں زیادہ دیر نہیں پڑھنا حاضری لوامنی ہے مالک درجات بلند فرماوے باوے کریم حیدر شاہ دے
ਬਜ਼ੁਰਗਾਂ ਨਾਲ ਉਹਨਾਂ ਦਾ ਸਾਂਗਾ ਹੈ ਅਤੇ ਉਸ ਸਾਂਗੇ ਦੇ ਲਿਹਾਜ਼ ਨਾਲ ਹਾਜ਼ਰ ਹੋ ਗਏ। ਟਾਈਮ ਕੁਝ ਹੋਰ ਦਿੱਤਾ ਹਨ, ਲੇਕਿਨ ਕੋਸ਼ਿਸ਼ ਕਰੇਨਾ ਇਤਨੀ ਦੇਰ ਵੀ ਪੜ੍ਹਾਂ, ਖਲੂਸ ਨੀਅਤ ਨਾਲ ਡਿਊਟੀ ਦੇਵਾਂ। ਮੈਂ ਬੰਦ ਸ਼ੁਰੂ ਕੀਤਾ ਹੈ ਖਿਆਮ ਦੇ ਹੋਲੇ ਪਿਓ ਅਸਗਰ ਦਾ। ਸ਼ਿਆਮਿਆਣੇ ਵਾਲਿਓ, ਇਹ ਇੱਕ ਹਿੰਦੂ ਸ਼ਾਇਰ ਦਾ ਲਿਖਿਆ ਹੋਇਆ ਬੰਦ ਹੈ ਅਤੇ ਮੈਂ ਸਈਦ ਦਾਅਵੇ ਨਾਲ ਪਿਆਦ ਹਾਂ। ਇਸ ਪਹਿਲੇ ਬੰਦ 'ਤੇ ਅਗਰ ਸਾਰਿਆਂ ਤਵੱਜੋ ਕੀਤੀ, ਅੱਗੇ ਪੜ੍ਹਨ ਦੀ ਲੋੜ ਹੀ ਨਹੀਂ, ਇਸ ਬੰਦ ਹੀ ਸਾਰਿਆਂ ਦੀ ਮੁਕਾਉਣ ਹੋਵੇ। ਉਹ ਲਿਖਦਾ ਖਿਆਮ ਦੇ ਓਲੇ ਪਿਓ ਅਸਗਰ ਦਾ ਕਰ ਬੈਠੇ ਕਬਾਰ ਤਿਆਰ ਵਲ ਪੁੱਤਾਰ ਮਾਸੂਮ ਦੇ ਸਮਣ ਦੀ ਜਾ ਬੈਠਣਾ ਲਹਜੂਦੇ ਵਲ ਪੁੱਤਾਰ ਮਾਸੂਮ ਦੇ ਸਮਣ ਦੀ ਜਾ ਬੈਠਾ ਨਾਲ ਹੰਝੂਦੇ ਠਾ ਸਯਾ ਦਾਦੇ ਕੀ ਮੇਰੇ ਤੂੰ ਸੰਟਾ ਮੇਰੇ ਹੱਥ ਸਰ ਦਿਨ ਤੇ ਮਿਸੇ ਲਿਆਂਗਾਰੇ ਗਰੀਬਾ ਦੇ ਤੇਰੇ ਮੂੰਹ ਤੇ ਪਾਵਾ ਜਲ ਵੇਸਨ ਕਿਉਂ ਜੋ ਨਾਜ਼ ਕਹਿਨ ਰੁਖਸਾ ਬਲੋ ਬਲੋ ਸਈਆ ਦਾਦਾ ਕੀ ਮੇਰੇ ਮੇਰੇ ਹੱਥ ਸਰ ਦਿਨ ਤੇ ਮਿਸੇਲ ਅੰਗਾਰੇ ਤੇਰੇ ਮੂੰਹ ਤੇ ਪਵਾ ਜਲ ਵੇਸਨ ਕਿਉਂ ਜੋ ਨਾਜ਼ ਕਹਿਨ ਹੌਸਲੇ ਨਾਲ ਜਵਾਨੀਆਂ ਮਾਣੇ ਜਿਨ੍ਹਾਂ ਦੀ ਛੋਟੀ ਔਲਾਦ ਏ ਸਾਰੇ ਸਮਝ ਗਏ ਜੋ ਕਿਆ ਪੜ੍ਹਨੇ ਮੇਰੇ ਦਿਲੇ ਥੋੜੇ ਜਿਹੇ ਟਾਈਮ ਵਿੱਚ ਹੁਸੈਨ ਦੇ ਉਹ ਸਗੀਰ ਵਿਚੜੇ ਦੇ ਰੁੱਖ ਪੜ੍ਹਨਾ ਚਾਹੁੰਦਾ ਜੇ ਕੋ ਕਰਬਲਾ ਦੇ ਮੈਦਾਨ ਵਿੱਚ ਮੁਸਲਮਾਨਾਂ ਮਾਂ ਦੇ ਤ੍ਰੈ ਦਫ਼ਾ ਜ਼ਿਬਾ ਕੀਤਾ। ਬੜਾ ਅਮੀਰ ਹੈ ਉਹ ਬੰਦਾ ਜਾਂਦੀ ਹਾਲੇ ਤੱਕ ਵੀ ਆਏ ਨਹੀਂ ਨਿਕਲੀ ਮਾਂ ਦੇ ਤ੍ਰੈ ਦਫ਼ਾ ਜ਼ਿਬਾ ਕੀਤਾ ਕਿਉਂਕਿ ਬਾਬਲ ਹਵਾਈ ਦੀ ਗੁਰਬਤ ਵੀ ਪੜ੍ਹਦਾ। ਬਾਬਲ ਹਵਾਈ ਦਾ ਮਤਲਬ ਤਾਂ ਸਾਰਾ ਖਵਾਉਂਦਾ ਉਸ ਆਜਤਾਂ ਵਾਲਾ ਦਰਵਾਜ਼ਾ, ਯਾਨੀ ਉਹ ਦਰਵਾਜ਼ਾ ਜਿੱਥੋਂ ਹਰ ਹਾਜਤ ਪੂਰੀ ਹੋਵੇ ਉਸ ਕੋ ਕਿਆ ਖਵੈਂਦੇ ਬਾਬਲ ਹਵਾਈ। ਇਹ ਪੰਜ ਬਾਬਲ ਹਵਾਈ
ਕਿਤਨੇ ਬਾਬਾ? ਪੰਜ ਬਾਬਲ ਹਵਾਈ ਤਾਰੁਫ ਸ਼ਾਇਦ ਅੱਗੇ ਮੈਂ ਕਹਿ ਮਜਲਿਸ ਵਿੱਚ ਕਰਾ ਗਈ ਹਾਂ, ਹੁਣ 71 ਮਾਤਮ ਵਾਲੀ ਸੁਣੋ, ਉਹਦੇ ਤੋਂ ਬਾਅਦ 2 ਜਾਂ 4 ਵਹਿਣ ਕਰਕੇ ਆਪਣੇ ਵੱਡੇ ਬਿਰਾ ਦੇ ਹਵਾਲੇ ਮੈਂਬਰ। ਇਹਨਾਂ ਪੰਜ ਦੇ ਵਿੱਚੋਂ ਸ਼ੀਆ ਮਿਆਣੇ ਵਾਲੇ ਦੋ ਇਮਾਮ ਹੀ, ਇੱਕ ਤੁਹਾਡਾ ਤੇ ਮੇਰਾ ਪਹਿਲਾ ਇਮਾਮ, ਇੱਕ ਤੁਹਾਡਾ ਤੇ ਮੇਰਾ ਸੱਤਵਾਂ ਇਮਾਮ, ਦੋ ਇਮਾਮ ਜ਼ਾਦਨ, ਇੱਕ ਮੁਸਲਿਮ ਬਿਨ ਅਕੀਲ, ਤੇ ਇੱਕ ਜਿਹਦਾ ਘਰ ਤੇ ਅਲਮ ਲੈਂਦੇ ਹੋ ਤੇ ਅਲਮ ਦੇ ਤਲੇ ਹਾਜ਼ਰੀਆਂ ਪਕੈਂਦੇ ਹੋ। ਅਲਮਾ ਅਲ ਸ਼ਹਿਨਸ਼ਾਹ, ਤੁਹਾਡੀਆਂ ਰੋਂਦੀਆਂ ਹੋਈਆਂ ਅੱਖਾਂ ਦੀ ਕਸਮ ਹੈ, ਮੈਂ ਹਰ ਬੰਦੇ ਦੇ ਮੂੰਹ ਚੋਂ ਹੈ ਸੁਣਨ ਆਇਆ, ਇਹਨਾਂ ਪੰਜ ਦੇ ਵਿੱਚੋਂ ਵਾਹਿਦ ਅਸਗਰ ਹੈ ਚਾਚਾ ਸਿੰਘ, ਜਿਹੜਾ ਨਾ ਇਮਾਮ ਹੈ ਨਾ ਇਮਾਮ ਦਾ ਪੁੱਤਰ ਹੈ। ਕਦੇ ਮਿੱਟੀ ਤੇ ਮਿੱਟ ਕੇ ਬਹਿ ਕੇ ਇਹ ਵੀ ਸੋਚਵੇ ਵਾ ਤੂੰ ਜ਼ਾਤ ਸਾਕੂ ਅਸਗਰ ਦੇ ਦਰਵਾਜ਼ੇ ਤੇ ਕਿਉਂ ਖੜਾ ਕੀਤਾ? ਜੇ ਸਾਰੇ ਮਿਲ ਕੇ ਹੈ ਕਰੋ ਤਾਂ ਵਜਾ ਮੈਂ ਦੱਸਾਂ, ਮਿੰਬਰ ਦੀ ਅਜ਼ਮਤ ਦੀ ਕਸਮ ਹੈ, ਕਹਿਣ ਦੇ ਦਰਵਾਜ਼ੇ ਤੇ ਵੰਜੋ ਨਾ ਕੋਈ ਹਾਜਤ ਲੈ ਕੇ, ਦਰਵਾਜ਼ੇ ਤੇ ਵੈਸੋ ਵੰਜ ਕੇ ਦਸਤਕ ਕਰੇ ਸੋ, ਪਰਲਾ ਬੰਦਾ ਦਰਵਾਜ਼ੇ ਤੱਕ ਤੁਰ ਕੇ ਆ ਸੀ ਤਾਂ ਤੁਹਾਡੀ ਹਾਜਤ ਰਵਾਈ ਕਰੇ ਸੀ। ਜੇ ਸਾਰੇ ਮਿਲ ਕੇ ਹੈ ਕਰੋ ਤਾਂ ਵਜਾ ਹਿੱਕ ਆਈ, ਹੁਸੈਨ ਦਾ ਅਸਗਰ ਹਾਲੇ ਟੁਰ ਜੋ ਨਾ ਸਕਦਾ। ਭਲਾ ਉਹਨੇ ਜਿਨ੍ਹਾਂ ਦੀ ਹੈ ਨਿਕਲ ਗਈ ਜੁਮਲਾ ਚਾਚਾ ਸਿੰਘ, ਉਹ ਸੁਣਾਉਣਾ ਚਾਹੁੰਦਾ ਮੁਸੱਲੇ ਤੇ ਯਾਦ ਆ ਗਿਆ ਤਾਂ ਮੈਂ ਸੈਯਦ ਦੇ ਦੁਆ ਸੈਯਦ ਦੇ ਹੱਕੀ ਦੁਆ ਕਰ ਛੁੜੇ ਸੀ। ਅਗਰ ਕਬਰ ਚ ਯਾਦ ਆ ਗਿਆ, ਹੁਸੈਨ ਬਾਦਸ਼ਾਹ ਦੀ ਜ਼ਿਆਰਤ ਬਾਅਦ ਚ ਕਰੇ ਸੀ ਤੇ ਮੌਲਾ ਕੋਈ ਸੇ ਜੁਮਲੇ ਦੀ ਮੁਕਾਨ ਪਹਿਲੇ ਦੇਸੇ। ਅੱਜ ਤੋਂ ਕੁਝ ਅਰਸਾ ਪਹਿਲੇ ਤੁਹਾਡੇ ਪਾਕਿਸਤਾਨ ਜੁਗਾਏ ਹਨ ਜਵਾਰ, ਜੰਗ ਦਾ ਕਾਫਲਾ ਹਾ, ਉਹਨਾਂ ਨਾਲ ਹੈ ਪਰਦਾਦਾਰ ਬੀਬੀਆਂ। ਜਿਹੜਾ ਕਾਫਲਾ ਟੁਰਨ ਲੱਗਾ ਨਾ, ਜੰਗ ਚ ਰਾਵਣ ਵਾਲੀਆਂ ਪਰਦਾਦਾਰ ਬੀਬੀਆਂ ਉਹਨਾਂ ਦੇ ਸਾਹਮਣੇ ਆ ਖੜੀਆਂ ਤੇ ਇਵੇਂ ਗੱਠਣੀ ਆਗਾਂ ਤੇ ਵਧਾ ਕੇ ਆਦੀਆਂ ਨੇ, ਇਹ ਹਨ ਹੁਸੈਨ ਦੇ ਸਗੀਰ ਪੁੱਤਰ ਦੇ ਮੰਨਤ ਦੇ ਛੋਲੇ ਆਦੀਆਂ। ਜਿਹੜਾ ਪਹੁੰਚਾਇਆ ਨਾ ਕਰਬਲਾ, ਵੰਜ ਕੇ ਕਹਿ ਆਲਮੇ ਦੀਨ ਕੋਲ ਚ ਪੁੱਛੇ, ਅਗਰ ਅਸਗਰ ਪਿਉ ਦੇ ਸੱਜੂ ਸੁੱਤਾ ਪੇ ਤਾਂ ਚੋਲੇ ਸੱਜੂ ਚ ਰੱਖੇ, ਅਗਰ ਪਿਉ ਦੇ ਖੱਬੋਂ ਸੁੱਤਾ ਪੇ ਤਾਂ ਚੋਲੇ ਵੰਜ ਕੇ ਖੱਬੋਂ ਚ ਰੱਖੇ। ਤੁਹਾਡੀ ਹੈ ਨੀ ਨਿਕਲੀ, ਤੁਸਾਂ ਮੇਰੀ ਜ਼ਬਾਨੀ ਸੁਣ ਕੇ ਕਿੰਨਾ ਬੰਦਾ ਹੈ ਕਰ ਛੋੜੀਏ। ਆਪ ਇਨਸਾਫ ਨਾਲ ਦੱਸੋ ਔਰਤਾਂ ਦੀ ਕਿਹੜੀ ਹਾਲਤ ਹੈ, ਰੋਂਦੀਆਂ ਹੋਈਆਂ ਟੁਰ ਪਈਆਂ, ਪਹੁੰਚ ਗਈਆਂ ਜਵਾਨੀਆਂ ਮਾਣੇ ਕਰਬਲਾ। ਕਸ਼ਮੀਰ ਦੇ ਰਾਵਣ ਵਾਲਾ ਆਲਮੇ ਦੀਨ ਹਾ, ਉਹਦਾ ਆ ਕੇ ਮੁੰਡਾ ਹਲਾਇਆ ਨੇ ਤੇ ਉਹਦਾ ਮੁੰਡਾ ਹਲਾ ਕੇ ਆਦੀਆਂ ਜਵਾਨੀਆਂ ਮਾਣੇ, ਆਗਾ ਕਸ਼ਮੀਰੀ ਅਸਾਂ ਪਾਕਿਸਤਾਨ ਹੀ ਚੁਆਈਆਂ ਹੈ ਤੇ ਇਵੇਂ ਨਹੀਂ ਆ, ਹੁਸੈਨ ਦੇ ਸਗੀਰ ਪੁੱਤਰ ਦੇ ਮੰਨਤ ਦੇ ਚੋਲੇ ਗੇ ਨਹੀਂ ਆ। ਆਦੀਆਂ ਤੂੰ ਆਲਮੇ ਦੀਨ ਨੇ, ਤੂੰ ਸਕੁ ਦਸਾ ਹੁਸੈਨ ਦਾ ਅਸਗਰ ਪਿਉ ਦੇ ਸੱਜੂ ਸੁੱਤਾ ਪੇ ਜਾਂ ਪਿਉ ਦੇ ਖੱਬੋਂ ਸੁੱਤਾ ਪੇ, ਤੁਸਾਂ ਮੇਰੀ ਜ਼ਬਾਨੀ ਸੁਣ ਕੇ ਹੈ ਕਰ ਛੋੜੀ, ਆਪ ਇਨਸਾਫ ਨਾਲ ਦੱਸਾਓ। ਆਲਮੇ ਦੀਨ ਚੁੱਪ ਕਰ ਗਿਆ, ਉਸ ਮੂੰਹ ਤੇ ਮਾਤਮ ਕਰਨਾ ਸ਼ੁਰੂ ਕੀਤਾ ਤੇ ਇਹਨਾਂ ਔਰਤਾਂ ਦੀ ਅੱਖ ਚੱਕ ਪਾ ਕੇ ਇੱਕੋ ਵੈਣ ਕੀਤਾ, ਆਦੇ ਨਰੂ ਆਓ ਆਲਮ ਹੋਣ ਦੇ ਨਾਤੇ, ਮੈਂ ਫਕਤ ਇਤਨਾ ਜਾਣਨਾ ਇੱਕ ਦਫ਼ਾ ਪਿਉ ਇਕੱਠੇ ਸਮਾਇਆ ਹੈ। ਬੜਾ ਅਮੀਰ ਹੈ ਉਹ ਬੰਦਾ ਜਿਹਦੀ ਹਾਲੇ ਤੱਕ ਵੀ ਹੈ ਨਹੀਂ ਨਿਕਲੀ, ਇੱਕ ਦਫ਼ਾ ਪਿਉ ਇਕੱਠੇ ਸਮਾਇਆ ਹੈ। ਆਦੇ ਹੁਣ ਮੇਰੇ ਇਲਮ ਵਿੱਚ ਨਹੀਂ ਜੋ ਅਸਗਰ ਪਿਉ ਦੇ ਸੱਜੂ ਸੁੱਤਾ ਪੇ ਜਾਂ ਪਿਉ ਦੇ ਖੱਬੋਂ ਸੁੱਤਾ ਪੇ, ਤੁਹਾਡੇ ਵਹਿਣ ਬੁਲੰਦ ਹੋ ਗਏ। ਮਿੰਬਰ ਦੀ ਅਜ਼ਮਤ ਦੀ ਕਸਮ ਹੈ, ਔਰਤਾਂ ਦੀ ਵੀ ਹਾਲਤ ਕਿਹੜੀ ਹੈ, ਮੂੰਹ ਤੇ ਮਾਤਮ ਕਰਨਾ ਸ਼ੁਰੂ ਕੀਤਾ,
ਰੋਣਾ ਸ਼ੁਰੂ ਕੀਤਾ। ਟੁਰਦੀਆਂ ਅੱਗਾਂ ਤੋਂ ਹੈਨ, ਡੇਦੀਆਂ ਵੱਲ ਵੱਲ ਪਿੱਛਾਂ ਤੋਂ ਹੈਨ, ਤੇ ਹੁਸੈਨ ਦੀ ਕਬਰ ਤੋਂ ਮੂੰਹ ਕਰਕੇ ਔਰਤਾਂ ਵਹਿਣ ਇੱਕੋ ਕਰਦੀਆਂ ਹਨ, ਆਦੀਆਂ ਮੌਲਾ ਤਾਈਂ ਕਬੂਲ ਜੋ ਨਹਿਨ ਕਰਨੇ ਅਸਾਂ ਚੋਲੇ ਨਗੇ ਨਹੀਂ ਹੋ, ਆਦੀਆਂ ਮੌਲਾ ਅਸਾਂ ਉਹਨਾਂ ਔਰਤਾਂ ਕੋ ਕਿਹੜਾ ਜਵਾਬ ਵੰਡੇ ਸੂ। ਖਤਮ ਹੋ ਗਿਆ ਮੇਰਾ ਬਿਆਨ। ਔਰਤਾਂ ਆ ਕੇ ਹੋਟਲ ਹੀ ਸਮ ਪਈਆਂ, ਅਗਰ ਕਸ਼ਮੀਰੀ ਆ ਕੇ ਆਪਣੀ ਖਾਬ ਗਾਹ ਹੀ ਸੁੱਤਾ। ਰਾਤ ਨੂੰ ਚੱਚ ਸਈ ਹਾਤਿਫ ਦੀ ਆਵਾਜ਼ ਇਹਦੇ ਕੰਨਾਂ ਨਾਲ ਆ ਕੇ ਟਕਰਾਈ। ਹਾਤਿਫ ਸ਼ੀਆ ਮਿਆਣੇ ਵਾਲੇ ਉਸ ਆਵਾਜ਼ ਕੋ ਆਦਿਨ, ਜਿਹੜੀ ਬੰਦਾ ਸੁਣ ਤਾਂ ਸੰਗੇ ਪਰ ਦੇਖ ਨਾ ਸੰਗੇ। ਹਾਤਿਫ ਜਿਹੀ ਆਵਾਜ਼ ਬਈ ਅਕੀਲ ਇਹਨਾਂ ਦੇ ਕੰਨਾਂ ਤੇ ਆਈ, ਆਗਾ ਕਸ਼ਮੀਰੀ ਜਾਗ ਮੈਂ ਹੁਸੈਨ ਤੇ ਕੋ ਮਿਲਣ ਆ ਗਈ, ਆਦੇ ਮੌਲਾ ਜ਼ਿਆਰਤ ਕਰਾਓ। ਸੈਦ ਆਦੇ ਜ਼ਿਆਰਤ ਬਾਅਦ ਵਿੱਚ ਕਰੇ ਸਾਂ, ਪਹਿਲੇ ਮੈਂ ਕੋਈ ਇੱਕ ਸਵਾਲ ਦਾ ਜਵਾਬ ਦੇ, ਤੇਰੀ ਔਲਾਦ ਕੋਈ ਨਹੀਂ? ਉਹ ਜਿਹੜੇ ਛੋਟੀ ਔਲਾਦ ਵਾਲੇ ਬੈਠੇ ਹੋ, ਆਦੇ ਮੌਲਾ ਹੇ ਸੈਦ ਆਦੇ ਛੋਟੀ, ਆਦੇ ਮੌਲਾ ਹੇ ਸੈਦ ਆਦੇ ਆਪ ਇਨਸਾਫ ਨਾਲ ਲਸਾ, ਤੇਰਾ ਛੋਟਾ ਪੁੱਤਰ ਜੋ ਜ਼ਖਮੀ ਹੋਵੇ, ਉਗੂ ਸਜੋ ਰਖਸੇ ਜਾਂ ਖਬੂ ਰਖਸੇ, ਮੂੰਹ ਤੇ ਮਾਤਮ ਕੀਤੇ ਕਦਮਾਂ ਤੇ ਹੱਥ ਲਾ ਕੇ, ਆਦੇ ਮੌਲਾ ਫਿਤਰਤ ਦਾ ਤਕਾਜ਼ਾ ਹੈ ਔਲਾਦ ਵੱਡੀ ਹੋਵੇ, ਔਲਾਦ ਛੋਟੀ ਹੋਵੇ, ਜਿਹੜੇ ਵੇਲੇ ਜ਼ਖਮੀ ਹੋਵੇ ਨਾ, ਮਾਂ ਹੋਵੇ ਜਾਂ ਪਿਓ ਹੋਵੇ, ਉਗੂ ਹਾਂ ਤੇ ਸਮੈਂਦੇ। ਹੁਸੈਨ ਦੀਆਂ ਅੱਖਾਂ ਵਸੀਆਂ, ਸੈਦ ਆਦੇ ਸਵੇਰੇ ਉਹਨਾਂ ਦਵਾਰਾਂ ਕੋ ਗੋਲ ਕੇ ਦੱਸੇ, ਮੇਰੇ ਅਸਗਰ ਦੀ ਕਬਾਰੀ ਮੇਰੇ ਹਾਂ ਤੇ, ਹੁਸੈਨ ਆਦੇ ਮੈਂ ਗੱਲ ਚੁੰਮਦਾ, ਮੇਰਾ ਮੂੰਹ ਚੁੰਮ ਗਿਆ ਦੇ ਬਾਬਾ ਅੰਮਾ ਦੀ ਕਬਰ ਧੁੱਪ। ਭਲਾਉਣੇ ਸਾਰੇ ਸ਼ਾਮਿਲ ਹੋ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਮੈਂ ਗੱਲ ਚੁੰਮਦਾ, ਮੇਰਾ ਮੂੰਹ ਚੁੰਮ ਗਿਆ ਦੇ ਬਾਬਾ ਅੰਮਾ ਦੀ ਕਬਰ ਹਾਲੇ ਧੁੱਪ ਤੇ। ਬੜੀ ਰੂਹਾਨੀਅਤ ਤੇ ਮਜਲਿਸ ਵਿੱਚ ਮੈਨੇ ਦਾ ਪੀਆ, ਹਰ ਬੰਦੇ ਦੀ ਅੱਖ ਦਾ ਵਜ਼ੂ ਹੋ ਗਏ, ਇਸੇ ਦਾ ਨਾਂ ਹੈ ਮਜਲਿਸ ਹੁਸੈਨ। ਜ਼ਰੂਰੀ ਨਹੀਂ ਬੰਦਾ ਮਜਮੇ ਨਾਲ ਲੜੇ ਜਾਂ ਮਜਮਾ ਜ਼ਾਕਰ ਨਾਲ ਲੜੇ ਤੇ ਬੰਦਾ ਜ਼ਾਕਰ ਹੁੰਦਾ ਹੈ। ਜਿਤਨੇ ਹੌਸਲੇ ਤੁਸੀਂ ਸੁਣਦੇ ਬੈਠੇ ਹੋ, ਮੈਂ ਬੜਾ ਖੁਸ਼ ਸੀ ਕਿ ਪੜਦਾ ਪੀਆਂ, ਬੜੀ ਰੂਹਾਨੀਅਤ ਵਾਲੀ ਮਜਲਿਸ ਸੀ, ਜਿਨ੍ਹਾਂ ਦੀ ਨਿਗਾਹ ਮੇਰੇ ਵਾਲੇ ਪਾਸੇ ਹੈ। ਸਾਰੀਆਂ ਸਤਰਾਂ ਛੋੜ ਕੇ ਇੱਕ ਮਾਤਮ ਵਾਲਾ ਵਹਿਣ ਕਰਨਾ ਚਾਹੁੰਦਾ। ਪਰਦੇ ਦੇ ਅੰਦਰ ਜਿਹੜੀਆਂ ਮੇਰੀ ਸੈਨਿਕ ਮੁਕਾਨ ਡੇਵਣ ਆਈਆਂ ਬੈਠੀਆਂ, ਉਹਨਾਂ ਦੇ ਹਿੱਸੇ ਦੀ ਇੱਕ ਸਤਰ ਪੜ ਕੇ ਵਹਿਣ ਦਾ ਆਗਾਜ਼ ਪਿਆ ਕਰੇਨਾ। ਇਹਨਾਂ ਦੇ ਵਹਿਣ ਗਵਾਹੀ ਦੇ ਸਨ, ਜਵਾਨੀਆਂ ਮਾਣੇ 6 ਮਾਹ ਦਾ ਕਹਿ ਮਾਂ ਦਾ ਪੁੱਤਰ ਹੋਵੇ ਨਾ, ਤੇ ਉਹਦਾ ਛੋਟਾ ਭੈਣ ਜਾਂ ਬਿਰਾ ਆਖੇ ਅੰਮਾ ਮੈਂ ਕੁਚਾ ਵਾਂਡੇ। ਸ਼ੀਆ ਮਿਆਣੇ ਵਾਲੇ ਉੱਥਾਂ ਦੀਆਂ ਰੋਂਦੀਆਂ ਹੋਈਆਂ ਅੱਖਾਂ ਦੀ ਕਸਮ ਹੈ, ਮਾਂ ਨਹੀਂ ਚਾਵਣ ਦਿੰਦੀ। ਮਾਂ ਕਿਉਂ ਨਹੀਂ ਚਾਵਣ ਦਿੰਦੀ? ਮਤਾਂ ਸੰਭਾਲ ਲਸੰਗੇ ਤੇ ਮੇਰਾ ਬੱਚੜਾ ਮਿੱਟੀ ਤੇ ਜਾਣ ਪੋਵੇ। ਮੈਂ ਕਾਇਨਾਤ ਕੁਰਬਾਨ ਕਰ ਦੇਵਾਂ ਸਵਰ ਦੀ ਮਾਂ, ਤੇਰੇ ਹੌਸਲੇ ਤੂੰ ਮਾਵਾਂ ਪੁੱਤਰ ਸੈਦ ਆਦਾ ਛੜਾ ਚਾਵਣ ਵਾਸਤੇ ਨਹੀਂ ਦੇਂਦੀਆਂ, ਤੈਂ 6 ਮਹੀਨਾ ਦਾ ਲਾਲ ਕੁਸਣ ਵਾਸਤੇ ਚਲੀ। ਆਦੀ ਏ ਗਿਨਵਾਨ ਹੁਸੈਨੀ ਵਿੱਚ ਜਿਵੇਂ ਕਾਰੀ ਕੁਰਾਨ ਕੁਛ ਅੱਗੂ ਵੱਲ ਆਈਏ ਹੱਥ ਬੰਨ ਕੇ, ਆਦੀ ਮੌਲਾ ਜੇ ਨਾਰਾਜ਼ ਨੱਥੀ ਵੇ ਆਜ ਮੇਰੇ ਬਚੜੇ ਕੁਪਿਓ ਬਣ ਕੇ ਨੱਚਾ, ਆਦਿ ਆਜੋਂ ਜਿਵੇਂ ਮਾਵਾਂ ਚਨੀਏ
ਸ਼ੀਆ ਮਿਆਣੀ ਵਾਲੇ ਹੁਸੈਨ ਚਾਹੇ ਜਿਵੇਂ ਮਾਵਾਂ ਚਾਹੀਦੀਆਂ ਹੁਣ ਮਾਤਮ ਕਰਨਾ ਤੜੀ ਖਾਏ ਮੇਰੇ ਵਾਲੇ ਪਾਸੇ ਅਲਾਮਨ ਰਾਦੇ ਕਲ ਖੈਰੀ ਲਿਖਦੇ ਨ ਉਹ ਲਿਖਦੇ ਨ ਹੁਸੈਨ ਦੀਆਂ ਕੀ ਚੱਕ ਪਾ ਕੇ ਅਸਰ ਦੀ ਮਾਂ ਗੱਲ ਕਦਾ ਨਹੀਂ ਕੀਤੀ ਉਹਨਾਂ ਲਈ ਕਹਿ ਜ਼ਿੰਦਗੀ ਪਹਿਲਾ ਮੌਕਾ ਇਤਨਾ ਕਰੀ ਬਈਏ ਮੇਰੇ ਇਮਾਮ ਦੇ ਸਜੇ ਮੁੰਡੇ ਤੇ ਹੱਥ ਰੱਖੇ ਕਬੇ ਹੱਥ ਨਾ ਲਵਾ ਦਾ ਲੜ ਸਰ ਦੇ ਉੱਤੋਂ ਵਲਾ ਕੇ ਆਦੀ ਇੱਛਾ ਬੜਾਈ ਵੰਜੇ ਓ ਨਾਲ ਲਈ ਵੰਜੇ ਬੀਬੀ ਆਦੀ ਇੱਛਾ ਬੜਾਈ ਵੰਜੇ ਮੇਰਾ ਨਾਂ ਵੇਖ ਫੁੱਲੇ ਭਲਾਉਣੇ ਸਾਰੇ ਰਲੋ ਨਾ ਬੀਬੀ ਆਦੀ ਇੱਛਾ ਬੜਾਈ ਵੰਜੇ ਮੈਂ ਤਾਂ ਸਫਰੀ ਚ ਦੁੱਪ ਨਹੀਂ ਭਲਾ ਤੀ ਵੇ ਜਿਨ੍ਹਾਂ ਦੇ ਵੈਣ ਬੁਲੰਦ ਹੋ ਗਏ ਸਯਦਾ ਦੇ ਅਸਗਰ ਦੀ ਮਾਂ ਮੈਂ ਛਾਂ ਨ ਬਣਾ ਆਸਮਾਨ ਦਾ ਟੁਕੜਾ ਸਾਇਆ ਕਰੇ ਸੀ ਜਿਬਰਾਇਲ ਪਰਾਂ ਦਾ ਪਿਛਾਵਾਂ ਕਰੇ ਸੀ ਸਯਦਾ ਦੇ ਪੁੱਛਣ ਵਾਲੀ ਗੱਲ ਤੇ ਮੈਂ ਪਿਊਆਂ ਮੈਂ ਉਹ ਚਾਵਾਂ ਜਿਵੇਂ ਪਿਊ ਚੈਨੇ ਸਯਦਾ ਦੇ ਕਿਉਂ ਚਵਈ ਕਦਮਾਂ ਤੇ ਹੱਥ ਲਾ ਕੇ ਆਦੀਏ ਬਈ ਕੋਈ ਵਜ੍ਹਾ ਨਹੀਂ ਕਵ ਜਾਏ ਤੁਹਾਡਾ ਮੂਹਣ ਮੈਦਾਨ ਵਾਲੇ ਪਾਸੇ ਕਾਂਡੋਣੀਏ ਖਿਆਮ ਵਾਲੇ ਪਾਸੇ ਬੀਬੀ ਆਦੀਏ ਮੈਂ ਚਾਹੁੰਦੀ ਹਾਂ ਮੈਦਾਨ ਹੋਏ ਨਾ ਤਈ ਇਹ ਮੈਨੂੰ ਦੇਖੇ ਉਹ ਮੈਂ ਬਚੜੇ ਤੁਹਾਡੇ ਦਿਰਾਂ ਸਾਰੇ ਹੌਸਲਾ ਹੌਸਲੇ ਨਾਲ ਬੀਬੀ ਆਦੀਏ ਮੈਨੂੰ ਦੇਖੇ ਮੈਂ ਬਚੜੇ ਤੁਹਾਡੇ ਦਿਰਾਂ ਭਲਾ ਥੀ ਵੇ ਜਿਨ੍ਹਾਂ ਦੇ ਵੈਣ ਬੁਲੰਦ ਹੋ ਗਏ ਹੁਣ ਬੋਲ ਕੇ ਜਵਾਬ ਦਿਓ ਛੜਾ ਮਾਰ ਡਿੱਠੇ ਨਾ ਬਾਬਾ ਮਾਡੇ ਦੀ ਵੀ ਰਹੀ ਨਾਲੇ ਜੀਂਦੀ ਵੀ ਰਹੀ ਮਾਂ ਦੀ ਗੱਲ ਜੋ ਕਹਿ ਵੇਲੇ ਤਾਂ ਚੋਟੀਆਂ ਲਈ ਮੈਨੂੰ ਦੇਖ ਦਰਜਾਤ ਗੁਲਾਮ ਨਵੇਂ ਮੇਰੇ ਦਾਦਾ ਮਰਹੂਮ ਦੇ ਉੱਪਰ ਦਰਾਂਦੀਆਂ ਨੇ ਪੰਜਵਾਂ ਕਦਮ ਹੁਸੈਨ ਤੇ ਅਸਗਰ ਛੋਟੀ ਜਿਹੀ ਅੱਖੋ ਲੀਏ ਮਾਂ ਤੇ ਦੀਦ ਪਈ ਏ ਤੂੰ ਤਾਂ ਲਿਖਣ ਵਾਲੇ ਲਿਖ ਗਏ ਨਾਉਂਦੀ ਔਖੀ ਮੌਤ ਉਹ ਨਦਾਨ ਦੀ ਜਿਹੜੇ ਬੋਲ ਨਾ ਜਾੜੇ ਨ ਬੋਲੀ ਤੁਰ ਤੁਰ ਡੇ ਦੇ ਹੌਸਲੇ ਨਾਲ ਜਵਾਨੀਆਂ ਮਾਣ ਹੌਸਲੇ ਨਾਲ ਛੜਾ ਮਾਰ ਡਿੱਠੇ ਨਾ ਬਾਬਾ ਹੁਸੈਨ ਅਕਬਰ ਦੀ ਪਰਚੀ ਛਿੱਕੀ ਜਵਾਨੀਆਂ ਮਾਣੇ ਪਰ ਲੱਗਦੀ ਨਹੀਂ ਅੱਬਾ ਉਸਦੇ ਬਾਜ਼ੂ ਹਾਂ ਨਾ ਲੈਣ ਪਰ ਹੁਸੈਨ ਕਟੀ ਦੇ ਨਹੀਂ ਡਿੱਠੇ ਉਹ ਮਾਤਮੀਓ ਜਵਾਨੋ ਕਾਸਿਮ ਦੇ ਟੁਕੜੇ ਸਰ ਤੇ ਰੱਖੇ ਪਰ ਹੁਸੈਨ ਥੀ ਦੇ ਨਹੀਂ ਡਿੱਠੇ ਵਾਏ ਚਈ ਦਸਵਾਰੇ ਜਿੰਦਾ ਤੀਰ ਹੁਸੈਨ ਆਉਂਦਾ ਹੀ ਡਿੱਠਾ ਏ ਜਿੰਦਾ ਤੀਰ ਹੁਸੈਨ ਲੱਗਦਾ ਹੀ ਡਿੱਠਾ ਏ ਪੁੱਤਰ ਦੇ ਗਾਲੀ ਚ ਲਗਾਏ ਪਿਓ ਦੇ ਬਾਲੂ ਤੇ ਲਗਾਏ ਹੁਸੈਨ ਜੂ ਕਰੀ ਠਾਏ ਅਸਗਰ ਛੋਟੇ ਛੋਟੇ ਹੱਥ ਬਣ ਗਿਆ ਦੇ ਬਾਬਾ ਮੈਂ ਮਾਫੀ ਮੰਗਦਾ ਸਯਦਾ ਦੇ ਕਿਹੜੀ ਗੱਲ ਦੀ ਮਾਫੀ ਆਦੇ ਬਾਬਾ ਅੰਮਾ ਕਾ
تیر دے گلگے بابے کو زخم نہ اے آدھے بابا رکے دا تریاں تیر وڈا او میڈا گل چھوٹا آدھے بابا تیرے بازو تے آلگ حوصلہ حوصلہ جوانی امان دین دے ہوئی جادہ تاخری وین کر چھوڑا جتنے ہلکے دے ماتمی بیٹھے ایک دعا ہاتھ چوائے جڑے ہلکے دے ماتمی بیٹھے میں آخری وین پیا کرے نا تھوک ماتم دی دعوت پیا دے نا انشدہ دے دی ماہ دی حسرہ دا آخری وین او ماتمی جوان ہوئی کتی شہر اسغر دی ماہ چپ کر کے لگی آئی میری سین بازار چاہیے اسغر دی ماہ وین نہیں کیتا بازار پہلا پتر اسغر دی ماہ کو لگے میری سین وین نہیں کیتا جدا حلا پہ شہر آئے پیکی گلی آئیے رباب ٹر دے اور تو جھان پہیے پدر دی سانگ دے تلے آئیے پدر دی سانگ گھلا کے آ دیئے ہون مانگ پانی او میڈا جن بچڑا میڈا پہ کاشے رجو آگے تیڑے ماں میں ادا کھا میری سینڈ تو علی حنجو کا بول فرماوے صدقہ باب الحوائد اللہ بانیان سمیت تو سا تمام دی عبادت کو اپنی بارگاہ شرف قبول